ਸਾਡੇ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਲੈਫਟੀਨੈਂਟ ਡਾਕਟਰ ਅੰਮ੍ਰਿਤਪਾਲ ਸਿੰਘ ਜੀ, ਉਹ ਪਿਛਲੇ ਮਹੀਨੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਨੂੰ ਸਮਰਪਿਤ ਇਹ ਕੈਂਪ ਹੈ ਜਿਹੜਾ ਆਯੋਜਿਤ ਕੀਤਾ ਗਿਆ ਕਾਲਜ ਦੇ NSS ਵਿਭਾਗ ਵੱਲੋਂ। ਇਸ ਲਈ ਇਹ ਕੈਂਪ ਹੈ ਜਿਹੜਾ ਅੱਜ ਦੇ ਦਿਨ ਰਜਿੰਦਰਾ ਹਸਪਤਾਲ ਦੇ ਸਹਿਯੋਗ ਦੇ ਨਾਲ ਜਿਹੜਾ ਆਯੋਜਿਤ ਕੀਤਾ ਗਿਆ। ਜਿਹੜਾ ਖੂਨਦਾਨ ਦਾ ਜੀ, ਇਹ NSS ਵਿਭਾਗ ਦਾ ਮੇਨ ਸਾਡਾ ਇੱਕ ਮੋਟਿਵ ਹੈ ਵੀ ਬੱਚਿਆਂ ਨੂੰ ਪ੍ਰੇਰਿਤ ਕਰਨਾ ਕਿ ਉਹ ਆਪਣਾ ਖੂਨਦਾਨ ਆ ਜਿਹੜਾ ਉਹ ਦੇਣ, ਤਾਂ ਕਿ ਲੋਕਾਂ ਦੀ ਜਾਨ ਬਚਾਈ ਜਾ ਸਕੇ ਅਤੇ ਵਿਦਿਆਰਥੀਆਂ ਵਿੱਚ ਵੀ ਸੇਵਾ ਦੀ ਭਾਵਨਾ, ਸਹਿਯੋਗ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਸੋ ਇਸ ਸੰਦਰਭ ਦੇ ਵਿੱਚ ਸਾਡੇ ਖੂਨਦਾਨ ਕੈਂਪ ਇੱਕ ਸਾਲ ਦੇ ਇੱਕ ਸੈਸ਼ਨ ਵਿੱਚ ਤਿੰਨ ਜਾਂ ਚਾਰ ਹੋ ਜਾਂਦੇ ਨੇ। ਇੱਕ ਅਸੀਂ ਅਪ੍ਰੈਲ ਦੇ ਵਿੱਚ ਲਾ ਕੇ ਹਟੇ ਹਾਂ, ਦੂਜਾ ਇਹ ਹੋ ਗਿਆ ਅਤੇ ਤੀਜਾ ਸਾਡਾ ਜਿਹੜਾ ਸਾਲਾਨਾ ਕੈਂਪ ਸ਼ਹੀਦੀ ਜੋੜ ਮੇਲ ਦੇ ਵਿੱਚ ਲੱਗਦੇ ਲੱਗ ਜਾਂਦੇ। ਸਰ, ਇਸ ਖੂਨਦਾਨ ਦੇ ਕੈਂਪ 'ਚ ਲਗਭਗ ਕਿੰਨੇ ਵਿਦਿਆਰਥੀ ਆ ਚੁੱਕੇ ਖੂਨ ਦੇ, ਕਿੰਨੇ ਮਾਤਰਾ 'ਚ? 100 ਦਾ ਸਾਡਾ ਟਾਰਗੇਟ ਹੈ ਅਤੇ ਹੁਣ ਤੱਕ 60 ਜਿਹੜੇ ਵਲੰਟੀਅਰਸ ਨੇ ਉਹ ਖੂਨਦਾਨ ਕਰ ਚੁੱਕੇ।